ਹਰੋ ਦੋਸਤੋ ਇਹ ਹੈ ਜੀ ਮੱਟ ਸਾਹਿਬ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਾਛੀਵਾਲਾ ਸਾਹਿਬ ਆਏ ਸੀ ਤਾਂ ਮਾਤਾ ਹਰਦੇਈ ਜੀ ਵੱਲੋਂ ਇੱਕ ਚੋਲਾ ਦਿੱਤਾ ਗਿਆ ਸੀ ਗੁਰੂ ਸਾਹਿਬ ਜੀ ਨੂੰ ਪੇਂਟ ਕੀਤਾ ਗਿਆ ਸੀਗਾ ਤੇ ਉਹ ਚੋਲਾ ਨਬੀ ਖਾਨ ਤੇ ਗਨੀ ਖਾਨ ਦੀ ਬੇਨਤੀ ਦੇ ਉੱਤੇ ਗੁਰੂ ਸਾਹਿਬ ਨੇ ਨੀਲੇ ਰੰਗ ਦਾ ਜਿਹੜਾ ਹੈਗਾ ਰੰਗ ਕਰਵਾਇਆ ਸੀ ਲਲਾਰੀ ਨੇ ਨੀਲੇ ਰੰਗ ਦਾ ਜਿਹੜਾ ਰੰਗ ਕੇ ਦਿੱਤਾ ਸੀ ਤਾਂ ਉਹ ਮੱਟ ਸਾਹਿਬ ਅੱਜ ਵੀ ਮੌਜੂਦ ਪਿਆ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਬਿਲਕੁਲ ਸਹੀ ਸਲਾਮਤ ਉਦਾਂ ਹੀ ਪਿਆ ਹੋਇਆ ਹੈ ਜੀ